ਹੁਸੈਨ ਤਾਂ ਬੜਾ ਕਲੀਅਰ ਹੈ, ਅਸੀਂ ਦੇਖੋ ਇਹ ਹੋਇਆ ਇਸ ਤਰੀਕੇ ਨਾਲ ਕਿ ਸਾਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਭੇਜੋ ਜਿਹੜੇ ਬੰਦੇ TADA ਕੇਸ ਦੇ ਵਿੱਚ ਪਹਿਲਾਂ ਇਨਵੋਲਵ ਨੇ, 17 ਇਹੋ ਜਿਹੇ ਬੰਦੇ ਸੀ, ਉਹ 17 ਨਾਮ ਅਸੀਂ ਭੇਜ ਦਿੱਤੇ। ਨਾ ਕਿਹਨੂੰ ਕੈਸੇ ਚੁਣਿਆ, ਕੀ ਕਰਦਾ, ਇਹ ਦੈਟ ਓਨਲੀ ਦੀ ਮਿਨਿਸਟਰ ਆਫ ਹੋਮ ਕੈਨ ਟੈਲ ਯੂ, ਆਈ ਕਾਂਟ ਟੈਲ ਯੂ। ਲੇਕਿਨ ਸਾਡਾ ਸ਼ੁਰੂ ਤੋਂ ਸਟੈਂਡ ਰਿਹਾ ਕਿ ਜਿਹੜੇ ਸਾਡੇ ਚੀਫ ਮਿਨਿਸਟਰ ਉਹਨਾਂ ਦੇ ਹਥਿਆਰੇ ਸੀ, ਦੇ ਮਸਟ ਫੁਲਫਿਲ ਦੈਰ ਜਿਹੜੀ ਉਹਨਾਂ ਦੀ ਸੈਂਟੈਂਸ ਹੈ। ਇਹ ਜ਼ਰੂਰ ਸੀ ਕਿ 2012 'ਚ ਮੈਂ ਕਿਹਾ ਸੀਗਾ ਕਿ ਆਈ ਐਮ ਅਗੇਂਸਟ ਡੈਥ ਪੈਨਲਟੀ ਐਂਡ ਪੈਨਲਟੀ ਸ਼ੁੱਡ ਬੀ ਆਲ ਡੈਥ ਪੈਨਲਟੀ ਕੇਸਿਸ ਸ਼ੁੱਡ ਬੀ ਮੂਵ ਟੂ ਲਾਈਫ ਇੰਪ੍ਰਿਜ਼ਨਮੈਂਟ। ਇਹ ਮੇਰਾ ਸਟੈਂਡ ਰਿਹਾ ਬਿਕੋਜ਼ ਆਈ ਈਵਨ ਟੂਡੇ ਡੋ ਨੋਟ ਅਗਰੀ ਇਨ ਦ ਡੈਥ ਪੈਨਲਟੀ। ਸੋ ਇਹ ਮੈਂ ਗੱਲ ਕਹੀ ਸੀ 2012 ਵਿੱਚ, ਬਟ ਦ ਫੈਕਟ ਇਜ਼ ਕਿ ਵਾਈ ਕਿਹਨੂੰ ਚੁਣਿਆ, ਕਿਹੜੇ ਨਾਂ ਇਹਨਾਂ ਨੇ ਨਾਂ ਭੇਜੇ ਨੇ, ਉਹ ਹਾਲੇ ਸਾਡੇ ਕੋਲ ਨਹੀਂ ਪਹੁੰਚੇ, ਪਰ ਜਦੋਂ ਪਹੁੰਚਣਗੇ ਸਾਨੂੰ ਪਤਾ ਲੱਗ ਜੂ ਕਿਹਨੇ ਕਿਹਨੇ। ਅਗਰ ਕੋਈ ਸਮਝਦਾ ਕਿ ਇਹਨਾਂ ਬੰਦੇ ਜਿਹੜੇ ਛੱਡੇ ਗਏ ਨੇ ਇਹਦੇ ਨਾਲ ਕੋਈ ਪੰਜਾਬ ਦੀ ਆਬ ਹਵਾ ਖਰਾਬ ਆਊ, ਮੈਂ ਉਰੇ ਬੈਠਾ, ਮੈਂ ਪੁਰਾਣਾ ਫੌਜੀ ਹਾਂ, ਸਾਰਿਆਂ ਨੂੰ ਸਿੱਧਾ ਕਰ ਦੂੰਗਾ ਮੈਂ ਇਹ ਗੱਲ ਕੋਈ ਨਹੀਂ ਹੋਣੀ ਦੇਣੀ ਇੱਥੇ। ਮੇਕ ਐਬਸੋਲੂਟਲੀ ਕਲੀਅਰ ਕਿ ਪੀਸ ਵਿਲ ਰਿਮੇਨ ਇਨ ਪੰਜਾਬ, ਪੀਸ ਵਿਲ ਨਾਟ ਅੰਡਰ ਐਨੀ ਸਰਕਮਸਟਾਂਸਿਸ ਬੀ ਅਲਾਊਡ ਟੂ ਬੀ ਬ੍ਰੋਕਨ ਐਂਡ ਆਈ ਵਿਲ ਮੇਕ ਸ਼ੋਰ ਦੈਟ ਇਟ ਹੈਪਨਸ। ਪਾਕਿਸਤਾਨ ਲੱਗਿਆ ਹੋਇਆ, ਉਹ ਆਪਣੇ ਹਥਿਆਰ ਭੇਜ ਰਿਹਾ, ਹੋਰ ਚੀਜ਼ਾਂ ਭੇਜ ਰਿਹਾ, ਅਸੀਂ ਸਖਤੀ ਕਰਾਂਗੇ ਔਰ ਜਿੰਨੀ ਸਖਤੀ ਦੀ ਲੋੜ ਹੈ ਉਹ ਕਰਾਂਗੇ। ਨਹੀਂ, ਆਈ ਹੈਵ ਨਾਟ ਗੋਇੰਗ ਟੂ ਸੇ ਐਨੀਥਿੰਗ। ਉਹਨਾਂ ਨੇ ਮੈਨੂੰ ਇੰਨਾ ਪੁੱਛਿਆ ਸੀ ਕਿ ਕਿੰਨੇ ਬੰਦੇ ਹੈ, ਮੈਂ ਕਿਹਾ ਮੈਂ ਜਾ ਕੇ, ਇਹ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਜਿਸ ਦਿਨ ਮੈਂ ਦਿੱਲੀ ਸੀਗਾ ਔਰ ਉਹ ਦਿਨ ਉਹ ਕਸ਼ਮੀਰੀ ਡੈਲੀਗੇਸ਼ਨ ਆਏ, ਉਹਨੂੰ ਡੇਟ ਨਹੀਂ ਮੈਨੂੰ ਯਾਦ, ਅਤੇ ਉਹਨਾਂ ਨੇ ਪੁੱਛਿਆ ਸੀ ਕਿ ਕਿੰਨੇ ਬੰਦੇ ਹੈ ਇਸ 'ਚ, ਔਰ ਉਦੋਂ ਜਦੋਂ ਹੋਇਆ ਸੀ ਉਹਨਾਂ ਨੇ ਉਹ ਬਲੈਕ ਲਿਸਟ ਹਟਾਈ ਸੀ, ਅਤੇ ਮੈਂ ਕਿਹਾ ਸੀ ਮੈਂ ਵਾਪਸ ਜਾ ਕੇ ਤੁਹਾਨੂੰ ਭੇਜੂ, ਔਰ ਮੈਂ ਭੇਜੀ ਉਹਨਾਂ ਨੂੰ ਲਿਸਟ ਕਿ ਇਹ ਨੇ 17 ਬੰਦੇ, ਇਹ ਨੇ ਇਹਨਾਂ ਦੇ ਖਿਲਾਫ ਕੇਸਿਸ, ਫਿਰ ਚੁਣਨਾ ਉਹਨਾਂ ਦਾ ਕੰਮ ਸੀ। ਲਿਸਟ ਤੋਂ 17 ਮੇਂ ਥਾ ਹੀ, ਉਹ TADA ਮੇਂ ਨਹੀਂ ਥਾ, TADA ਮੇਂ ਉਹ ਵੀ ਥਾ, ਉਹ ਦੂਸਰਾ ਆਪਣਾ ਜਿਹੜਾ ਲੜਕਾ ਸੀ ਅਵਾੜਾ ਵੀ ਸਿਆਹ ਥਾ, ਔਰ ਦੂਸਰਾ ਜਿਹੜਾ ਭੁੱਲਰ ਭੁੱਲਰ ਉਹ ਵੀ ਥਾ। ਸਾਰੇ ਜੋ TADA ਕੇਸ ਮੇਂ ਜਿਨਕੇ 15 ਸਾਲ ਜਾਂ 14 ਸਾਲ ਖਤਮ ਹੋ ਗਏ, ਉਹ 17 ਆਦਮੀ ਥੇ, 17 ਆਦਮੀ ਕੇ ਨਾਮ ਭੇਜੇ।